वेलकम टू दिस एपीसोड ऑफ द हरप्रीत सिंह शो अज देगमेंट अलाकात करा सरदार मोहन सिंह ਅੱਜ ਵਰਲਡ ਕਿਡਨੀ ਡੇ ਮਨਾਇਆ ਜਾ ਰਿਹਾ ਹੈ ਤੇ ਇਸੇ ਸੰਬੰਧ ਵਿੱਚ ਜਾਣਕਾਰੀ ਲੈਣੇ ਆ ਕਿ ਇਸ ਦਿਨ ਦੀ ਕੀ ਮਹੱਤਤਾ ਹੈ ਤੇ ਖਾਸ ਤੌਰ ਤੇ ਕਿਡਨੀ ਦੇ ਬਾਰੇ ਕੀ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਵਾਗਤ ਕਰਦੇ ਹਾਂ ਸਦਾ ਮੋਹਨ ਸਿੰਘ ਜੀ ਦਾ ਜੀ ਹਨ ਜੀ ਵੈਲਕਮ ਟੂ ਦਾ ਪ੍ਰੋਗਰਾਮ ਧੰਨਵਾਦ ਜੀ ਮਾਈ ਪਲੇਅਰ ਸੋ ਅੱਜ ਵਰਲਡ ਕਿਡਨੀ ਡੇ ਜਿਹੜਾ ਜੀ ਸਾਰੀ ਦੁਨੀਆ ਪਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੀ ਕੀ ਮਹੱਤਤਾ ਕੀ ਹੈ ਜੀ ਕਿ ਦੁਨੀਆ ਵਿੱਚ ਇਹ ਕਿਡਨੀਆਂ ਬਹੁਤ ਖਰਾਬ ਹੋ ਰਹੀਆਂ ਹਨ ਹਮ ਸਾਡੇ ਸਾਊਥ ਏਸ਼ੀਅਨ ਏਸ਼ੀਅਨ ਹਿਸਪੈਨਿਕ ਅਫਰੀਕਨ ਰੀਜਨ ਜੀ ਨੇਟਿਵ ਇਹਨਾਂ ਦੀਆਂ ਕਿਡਨੀਆਂ ਬਹੁਤ ਜ਼ਿਆਦਾ ਜਾਸੋਲ ਜਾਏ ਨਾ ਕੀ ਕਾਰਨ ਕੀਨੇ ਜੀ ਇਹਦਾ ਕਾਰਨ ਸਾਡਾ ਇੱਕ ਤਾਂ ਪਛੋਕੜੇ ਹਜਾ ਹਮ ਹਮ ਤੇ ਦੂਜਾ ਜਿਹੜੀ ਫੂਡ ਜਿਹੜੀ ਹੈਗੀ ਆ ਉਹ ਟੋਟਲੀ ਜਿਹੜੀ ਹੈਗੀ ਆ ਖਾਣਾ ਪੀਣਾ ਸਾਡਾ ਟੋਟਲੀ ਡਿਫਰੈਂਟ ਹੈ ਅੱਛਾ ਜੀ ਉਹਦੇ ਚ ਸਾਡੇ ਜਿਹੜਾ ਹੈਗਾ ਜੀ ਅਸੀਂ ਜਿਹੜਾ ਮਿੱਠੇ ਦੀ ਬਰਤਾਨ ਬਹੁਤ ਹੈਗੀ ਆ ਹਮ ਹਮ ਸਾਡੇ ਲੋਕਾਂ ਦੇ ਸਪੈਸ਼ਲ ਜੀ ਫਿਰ ਉਹਦੀ ਜਲੇਬੀ ਇੱਕਦਮ ਮਿਸਾਲ ਦੇ ਨੰ ਲੱਗਾ ਇੱਕ ਜਲੇਬੀ ਜਿਹੜੀ ਹੈ ਮੀਡੀਅਮ ਜਲੇਬੀ ਉਹਦੇ ਵਿੱਚ 10 30 ਮੂੰਸ਼ੂਗਰ ਦੇ ਹੁੰਦੇ ਆ ਅੱਛਾ ਜੀ ਆਬਰੀਜ ਬੰਦੇ ਜਿਹੜੇ ਆਮ ਦੇਖੋ ਜੀ ਤਿੱਤੇ ਚਾਹ ਜੇ ਮੇਰੇ ਕੋ ਆਮ ਖਾ ਲੈਂਦੇ ਆ ਹਮ ਹਮ ਇਹ ਚਾਰਜਰ ਵੀ ਉਹ ਖਾਲੀ ਆ 40 30 ਸਪੂਨ ਸ਼ੂਗਰ ਦੇ ਖਾਲਾ ਇੱਕ ਟੀस्पून 4 ਗ੍ਰਾਮ ਸ਼ੂਗਰ ਹੁੰਦੀ ਹੈ ਅੱਛਾ ਜੀ ਸੋ 160 ਗ੍ਰਾਮ ਸ਼ੂਗਰ ਇੱਕ ਟਾਈਮ ਤੇ ਜੀ ਖਾਲਾ ਰਾਈਟ ਜੋ ਸਾਰਾ ਦਿਨ ਤੋਂ ਟੀ ਸ਼ੂਗਰ ਜਿਹੜੀ ਹੈਗੀ ਆ ਚਾਹ ਹੀ ਤਾਂ 50 ਗ੍ਰਾਮ ਚਾਹੀਦੀ ਹੈ ਹਮ ਹਮ ਜੇ ਚਾਹ ਜਾਂ ਕਾਫੀ ਜਾਂ ਫੂਡ ਜਾਂ ਮਾੜੀ ਮੋਡੀ ਤੁਸੀਂ ਜੇ ਕੋਈ সুইਟ ਡਿਸ਼ ਕਰ ਲਈ ਜੀ ਸੋ ਤੁਸੀਂ ਇਹ ਚਾਹ 50 ਗ੍ਰਾਮ ਦੇ ਕੰਪੇਅਰਟ ਵੀ ਕਰ ਲੈ ਕਿ 60 ਗ੍ਰਾਮ ਜਿਹੜੀ ਬਹੁਤ ਜ਼ਿਆਦਾ ਸ਼ੂਗਰ ਹੈ ਰਾਈਟ ਵੀ ਇੱਕ ਟਾਈਮ ਦੇਖਾ ਦਈ ਸੀ ਸੋ ਉਹਦਾ ਅਸਰ ਤੁਹਾਡੀ ਕਿਡਨੀ ਤੇ ਪੈਂਦਾ ਉਹਦਾ ਅਸਰ ਜਿਹੜਾ ਹੈਗਾ ਦੇਖੋ ਕਿਡਨੀ ਜਿਹੜੀ ਹੈਗੀ ਆ ਇਹ ਬਲੱਡ ਨੂੰ ਸਾਫ਼ ਕਰਦੀ ਹੈ। ਹਮਮ ਜਦੋਂ ਬਲੱਡ ਸੀ ਉਹ ਕਿਹਦੇ ਸੀ ਉਹ ਪਾਚਾਰ ਗ੍ਰਾਹ ਚਾਹ ਲਾਉ। ਜੀ ਉਹ 10.5 ਚੱਕ ਸਕਦਾ। ਹਮਮ ਉਹਨੇ 15 ਪਾਉਂਡ ਕਰਦਾ 16 ਪਾਉਂਡ ਕਰ ਦਿਓ। ਅਖੀਰ ਉਹਦੇ ਹੀ ਕਰਨ ਹਰਟ। ਠੀਕ ਠੀਕ ਹੈ। ਹਮਮ ਇਹਦੇ ਕਿਹਣੀ ਦਾ ਹਾਲ ਹੈ? ਜਦੋਂ 40 ਤੇ 50 ਗ੍ਰਾਮ ਸ਼ੀਵ ਨਾਰਮਲ ਫਿਲਟ ਸਿਫਟ ਕਰਦੀ ਹੈ। ਜੀ ਜਿਹੜੀ 슈ਗਰ ਨੂੰ ਜਿਹੜੀ ਹੈਗਾ ਸੱਜ ਪਹੁੰਚਣ ਲਈ ਸਾਡਾ ਪੈਂਕਰੀਆ ਹੈਗਾ ਉਹ ਇੱਕ ਜਿਹੜਾ ਹਾਰਮੋਨ ਰਿਲੀਜ਼ ਕਰਦਾ ਹੈ। ਅੱਛਾ ਜੀ ਜਨ ਜਨ ਇਨਸੁਲਿਨ ਕਹਿੰਦੇ। ਹਮਮ ਉਹ ਇنسੁਲਿਨ ਚਾਹੀਦੀ ਆ ਤਾਂ ਕਿ ਕਿਡਨੀ ਜਿਹੜੀ ਹੈ ਹੈਗੀ ਆ ਜਦੋਂ ਇنسੁਲਿਨ ਰਿਲੀਜ਼ ਹੁੰਦੀ ਆ ਪੈਂਕ੍ਰੀਅਸ ਕਰਦਾ ਆ ਜੀ ਉਹ ਸਾਡੇ ਜਿਹੜੇ 슈ਗਰ ਨੂੰ ਬਲੱਡ ਸੈੱਲ ਜਾਣ 'ਚ ਹੈਲਪ ਕਰਦੀ ਆ ਅੱਛਾ ਜੀ ਜੇ ਉਹ ਨਹੀਂ ਇنسੁਲਿਨ ਰਿਲੀਜ਼ ਕਰਦੀ ਤਾਂ ਜਿਹੜਾ ਸਾਡਾ 슈ਗਰ ਲੈਵਲ ਹੈਗਾ ਬਲੱਡ 'ਚ ਘੁੰਮਦਾ ਰਹੇਗਾ ਓਕੇ ਤੂੰ ਇਹ ਦੇਖੋ ਆਮ ਬਲੱਡ ਜਿਹੜਾ ਹੈਗਾ 슈ਗਰ ਵਾਲੇ ਬੰਦੇ ਜਿਹੜੇ ਹੈਗੇ ਆ ਡਾਇਬੀਟ ਜਿਹਨੂੰ ਕਹਿੰਦੇ ਆਪਾਂ ਜਿਹੜੀ ਖਾਲੀ ਪੇਟ 슈ਗਰ ਹੈਗੀ ਆ ਉਹਦਾ ਲੈਵਲ 4 ਤੋਂ 7 ਆਈ ਚ ਜ਼ਿਆਦਾ अच्छा जी दो घंटे खाने में तो 10 7 ਤੋਂ 10 ਚਾਹੀਦਾ ਠੀਕ ਜੇ ਲੋਤੇ ਆ ਇਹ ਮਤ ਤੁਹਾਡੇ ਜਿਹੜਾ ਹੈਗਾ ਆ ਇਹ ਕਿੰਨੀ ਜੀ ਡਾਇਬੀਟਿਕ ਹੂੰ ਹੂੰ ਸੋ ਤੁਸੀਂ ਯਾਰ ਜੋ ਤੁਸੀਂ ਯਾ ਯਾ ਸ਼ੁਰੂ ਖਾਜੀ ਇੱਕ ਇੱਕ ਟਾਈਮ ਤੇ 60 ਗ੍ਰਾਮ ਸ਼ੁਰੂ ਖਾਦੀ ਆ ਠੀਕ ਜੇ ਯਾ ਯਾ ਸ਼ੁਰੂ ਖਾਈ ਜਾਓਗੇ ਤੇ ਬਾਕੀ ਦੋ ਟਾਈਮ ਲਹੌਰ ਵੀ ਆ ਗਏ ਉਹ ਨਹੀਂ ਪ੍ਰੈਸ਼ਰ ਉੱਤੇ ਵਧਾ ਉਹ ਉਹਦੇ ਪੈਂਕਰੀਆਟ ਪ੍ਰੈਸ਼ਰ ਵਧਦਾ ਹੈ ਠੀਕ ਤੁਸੀਂ ਇੱਕ ਬੰਦੇ ਨੂੰ 28 ਜੋ ਕਿ 28 ਜੋ ਅਖੀਰ ਕਿਸੇ ਦਿਨ ਉਹਦਾ ਦਸਾ ਟੁੱਟੇਗਾ ਡਿੱਗੇਗਾ ਰਾਈਟ ਇਸ ਤਰ੍ਹਾਂ ਆਪਾਂ ਜਿਹੜਾ ਜਿੰਨੀ ਸ਼ੂਰ ਖਾ ਜਾ ਖਾਂਗੇ ਉਹਨਾਂ ਪੈਂਕਰੀਆਟ ਜਾ ਕੰਮ ਕਰਨਾ ਪਵੇਗਾ ਅਸੀਂ ਕਿਹਾ ਕਿ ਗਮ ਟਾਇਰਡ ਰਾਈਟ ওভার ਟਾਇਰਡ दैट ਰਾਈਟ ਉਹ ਜੇ ਉਹ ਨਹੀਂ ਜਿਹੜੀ ਹੈ ਇਨਸੂਲਿਨ ਪ੍ਰੋਡਿਊਸ ਨਹੀਂ ਕਰ ਸਕਦਾ ਸੋ ਇਨਸੂਲਿਨ ਕਿਉਂਕਿ ਪ੍ਰੋਡਿਊਸ ਨਹੀਂ ਹੁੰਦੀ ਕਿਡਨੀ ਸ਼ੇਪ ਜਿਹੜੀ ਦੀ ਸ਼ੇਪ ਹੈਗੀ ਹੈ ਬੀਨ ਸ਼ੇਪ ਜਿਹੜੀ ਹੈਗੀ ਹੈ ਜੀ ਦੇਖੋ ਕਿਡਨੀ ਹੈਗੀ ਬੀਨ ਸ਼ੇਪ ਠੀਕ ਸੜੋ ਆ ਕਿਡਨੀ ਹੈਗੀ ਐਸ ਐਗਜ਼ੈਕਟਲੀ ਨਹੀਂ ਇੱਕ ਦੋ ਹੁੰਦੀਆਂ ਨੇ ਹਾਂ ਹਾਂ ਜਿਹੜੀਆਂ ਸਾਡਾ ਹਾ ਹਾ ਨਾ ਗਿਆ ਪਸੜੀਆਂ ਹਾਂਜੀ ਇਹਦੇ ਥੱਲੇ ਲਿਫੇਕੀ ਜਿਹਨੂੰ ਕਹਿੰਦੇ ਆ ਇਹ ਥੱਲੇ ਬੈਕ ਵਾਲ ਨੂੰ ਹੁੰਦੀਆਂ ਨੇ ਓਕੇ ਇਹ ਸ਼ੇਪ ਤੇ ਬੈਠੀਆਂ ਹੁੰਦੀਆਂ ਜੀ ਸਾਡੇ ਸਰੀਰ 'ਚ ਹਮਮ ਇਹ ਜਿਹੜੇ ਕਿਡਨੀ ਹੈਗੀਆਂ ਇਹਦੇ ਵਿੱਚ ਜਿਹ मिलियन ਦੇ ਕਰੀਬ ਨੇਫਰونز ਹੁੰਦੇ ਆ ਠੀਕ ਹੈ ਉਸ ਨੂੰ ਨੇਫਰੋਲੋਜਿਸ ਬੁਣਿਆ ਜਿਹੜਾ ਕਿਨੀ ਸਪੈਸ਼ਲਿਸਟ ਕਹਿੰਦੇ ਆ ਅੱਛਾ ਜੀ ਉਹ ਜਿਹੜੇ ਨੇਫਰونز ਹੈਗੇ ਆ ਉਹ ਉਹਨਾਂ ਵਿੱਚ ਟਾਈਨੀ ਬਲੱਡ ਵੈਸਲ ਹੁੰਦੇ ਆ ਬਿਲਕੁਲ ਛੋਟੇ ਛੋਟੇ ਮਾਈਕਰੋਸਕੋਪਿਕ ਜਿਨ੍ਹਾਂ ਨੂੰ ਗਰਮ ਰੂਲਿਸ ਕਹਿੰਦੇ ਨੇ ਅੱਛਾ ਜੀ ਉਹ ਇੱਕ ਤਰ੍ਹਾਂ ਫਿਲਟਰ ਹੈਗੇ ਨੇ ਉਹ ਜਾਂ ਸਾਡਾ ਬਲੱਡ ਫਿਲਟਰ ਕਰ ਦਿੰਦਾ ਜੋ ਅਸੀਂ ਖਾਂਦੇ ਪੀਂਦੇ ਆ ਜੀ ਸਾਡਾ ਜਿਹੜਾ ਬਾਡੀ ਹੈਗੀ ਆ ਉਹ ਅਬਜ਼ੌਰ ਕਰ ਲੈਂਦੀ ਆ ਬਲੱਡ ਚੱਲ ਜਾਂਦਾ ਸਭ ਕੁਝ ਜਿਹਨਾਂ ਬਾਡੀ ਜੋ ਅਬਜ਼ੌਰ ਕਰਦੀ ਆ ਫੂਡ ਦੇ ਜਿਹਨਾਂ ਤਾਤੇ ਹੈਗੇ ਆ ਜਿਹਨਾਂ ਨਿਊਟ੍ਰੀਸ਼ਨ ਹੈਗਾ ਜੋ ਬਲੱਡ ਕਰ ਜਾਂਦਾ ਹੈ ਜੋ ਜਿਹੜੇ ਕਿਡਨੀ ਹੈਗੇ ਜੋ ਬਲੱਡ ਸਾਰਾ ਸਾਡਾ ਕਿਡਨੀ ਜਾਂਦਾ ਸਾਫ਼ ਹੋਣ ਲਈ ਹਮ ਹਮ 24 ਘੰਟਿਆਂ ਦੇ ਵਿੱਚ ਕਿਡਨੀ 200 ਕੁਆਰਟ ਬਲੱਡ ਸਾਫ਼ ਕਰ ਦਿਆ ਅੱਛਾ ਜੀ 200 ਕੁਆਰਟ ਜਾਂ 1 ਮਿੰਟ ਦੇ ਵਿੱਚ ਬਹੁਤ ਇੱਕ ਜਿਹੜਾ ਲੀਟਰ ਹੈਗਾ ਆ ਠੀਕ ਰਫਲੀ ਇਹ ਨਾਲ ਉਹ ਸਾਫ਼ ਕਰ ਦਿਆ ਹਮ ਹਮ 24 ਘੰਟਿਆਂ ਵਿੱਚ ਜੋ 2 ਕੁਆਰਟ ਜਿਹੜਾ ਵੇਸਟ ਪ੍ਰੋਡਕਟ ਜੀ ਕਿਡਨੀ ਬਾਹਰ ਕੱਢ ਦਿੰਦੀ ਹੈ ਠੀਕ ਹੈ ਜੇ ਕਿਡਨੀ ਕੰਮ ਨਹੀਂ ਕਰਦੀ ਹਮ ਹਮ ਉਹ ਵੇਸਟ ਪ੍ਰੋਡਕਟ ਜਿਹੜਾ ਬਿਲਟ ਅਪ ਹੋਣਾ ਸ਼ੁਰੂ ਹੋ ਜਾਏਗਾ ਜੀ ਤੁਸੀਂ ਦੇਖਣ ਪੁਰਾਣੇ ਸਮਿਆਂ ਦੇ ਵਿੱਚ ਲੋਕ ਕਹਿੰਦੇ ਜਿਹਦੇ ਪਿਆਰੇ ਹੱਥੇ ਸੋਜ ਗਏ ਆ ਉਹਦੀ ਫਿਰ ਡੈਥ ਹੋ ਜਾਂਦੀ ਹੈ ਹੂੰ 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 ਕਿਉਂਕਿ ਉਹ ਲੋਕ ਕਿਡਨੀ ਦਾ ਇੰਨਾ ਇੰਨਾ ਪਤਾ ਨਹੀਂ ਸੀਗਾ ਜਿੱਥੇ ਅਵੇਅਰਨੈਸ ਨਹੀਂ ਲੋਕਾਂ ਨਹੀਂ ਸੀ ਕਿ ਆਪਣੇ ਅੰਦਰ ਜਿੱਥੇ ਇਹਦਾ ਕੋਈ ਇਲਾਜ ਨਹੀਂ ਸੀਗਾ ਜੀ ਕਿਉਂਕਿ ਅੱਜ ਕੱਲ੍ਹ ਇਲਾਜ ਬਹੁਤ ਹੈ ਹੂੰ ਹੂੰ ਇਲਾਜ ਦੇ ਬਾਰੇ ਕਰਨੇ ਦੀ ਗੱਲ ਪਰ ਕਿਵੇਂ ਪਤਾ ਲੱਗਦਾ ਹੈਗਾ ਕਿ ਨਹੀਂ ਕੁਝ ਪ੍ਰੋਬਲਮ ਜਿਹੜਾ ਹੈਗਾ ਕਿਡਨੀ ਠੀਕ ਨਹੀਂ ਕੰਮ ਕਰਉਂਦੀ ਉੱਥੇ ਮੈਂ ਆ ਰਿਹਾ ਹੂੰ ਹੂੰ ਤੇ ਫਿਰ ਕਿਡਨੀ ਹੈਗੀ ਜਾਂ ਸਾਡਾ ਬੀਸਪੋਟ ਜੇ ਨਾ ਕੱਢੇ ਤਾਂ ਬੀਸਪ ਫਾਈਲ ਅਪ ਹੋ ਜਾਂਦਾ ਠੀਕ ਹੈ ਸਾਡੇ ਜਿਹੜੇ ਆ ਇਹ ਬਰਾਉਨ ਬਾਤ ਜਾਂਦੀ ਹੈ ਓਕੇ ਅੱਛਾ ਕਿਡਨੀ ਜਿਹੜੀ ਹੈਗੀ ਆ ਇਹ ਸਭ ਕੁਝ ਫਿਲਟਰ ਕਰਦੀ ਹੈ ਠੀਕ ਹੈ ਇਹ ਕੱਲੀ ਫਿਲਟਰ ਇਹ ਕੱਲਾ ਨਹੀਂ ਕਰਦੀ ਜਿਨੇ ਸਾਡੇ ਹੈਗੇ ਆ ਮਿਨਰਲਸ ਜਿਨੇ ਸਾਡੇ ਹੈਗੇ ਆ ਪੋਟਾਸ਼ੀਅਮ ਯੂਰੀਆ ਫਾਸਫੋਰਸ ਸాల్ਟ ਇਹਨਾਂ ਸਾਰਾ ਇੱਕ ਬੈਲੈਂਸ ਰੱਖਦੀ ਹੈ ਬਾਡੀ 'ਚ ਜਿਹੜਾ ਜਿਹੜਾ ਲੋੜਾ ਉਤਰ ਰੱਖਦੀ ਹੈ ਉਹਦੇ ਬਾਅਦ ਉਹ ਬਾੜ ਪਕੜ ਦਿੰਦੀ ਹੈ ਠੀਕ ਹੈ ਜੋ ਕਿਡਨੀ ਕੰਮ ਨਹੀਂ ਕਰਦੀ ਇਹ ਸਾਡੇ ਜਿਹੜਾ ਹੈਗਾ ਜਿਹੜਾ ਇੰਬੈਲੈਂਸ ਸਾਰੇ ਹੋ ਜਾਂਦੇ ਆ ਹੂੰ ਹੂੰ ਉਹ ਸਾਡੀ ਬਰਾਉਨ ਹੋ ਜਾਂਦੀ ਸਕਸੂ ਮੈਂ ਉਹ ਨੁਕਸਾਂ ਹੰਦਦੇ ਜੀ ਇਸ ਕਰ ਕਿੰਨੀ ਜਿਹੜਾ ਫੰਕਸ਼ਨ ਹੈ ਕਿੰਨੀ ਟ੍ਰੀ ਕਰਨੇ ਬੜਾ ਜ਼ਰੂਰੀ ਆ ਹਮ ਹਮ ਤਾਂ ਕਿੰਨੀ ਜਿਹੜੀ ਹੈਗੀ ਤੁਹਾਡੀ ਡੈਮੇਜ ਨਾ ਹੋ ਸਕੇ ਰਾਈਟ ਤੇ ਜੇ ਕਿੰਨੀ ਜਿਹੜਾ ਅਸੀਂ ਹਾਲ ਤੱਕ ਕੇਅਰ ਨਹੀਂ ਕਰਾਂਗੇ ਹਮ ਹਮ ਤੇ ਡੈਮੇਜ ਹੋਣੀ ਹੀ ਹੋਣੀ ਆ ਸੁਕੇਰ ਜੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਕਿਹੜੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਇੱਕ ਤਰ ਤੁਸੀਂ 슈ਗਰ ਦੀ ਗੱਲ ਕੀਤੀ ਸੀ ਕਿ ਉਹਦੀ ਕੰਜ਼ਮਪਸ਼ਨ ਘਟਾਈ ਜਾਏ ਜਾਂ ਬੈਲੈਂਸ ਕੀਤਾ ਜਾਏ ਹੋਰ ਇਸ ਤੋਂ ਇਲਾਵਾ ਕੀ ਹੈ ਦੇਖੋ ਇੱਕ ਜਿਹੜੇ ਵਿੱਚ ਹੋਤੇ ਹੋਰ ਗੱਲ ਦੱਸਣਾ ਜੇ ਡਾਇਬੀਟਿਕ ਹੈਗੇ ਆ ਜਿਹੜੀ 슈 ਮੈਂ ਦੱਸਿਆ ਵੀ 4 ਤੋਂ 7 ਤੋਂ 7 ਤੋਂ 10 ਰਹਿੰਦੀ ਆ ਜੇ ਉਹਦੇ ਉੱਪਰ ਹੈਗੀ ਆ 4 5 ਜਿੱਦੀ ਰਹਿੰਦੀ ਆ ਉਹ ਆ ਕੀ ਹੁੰਦਾ ਤੁਹਾਡਾ ਬਲੱਡ ਜਦੋਂ ਆਇਆ ਉਹ ਜਦਾਂ ਗੁਲਾਬੀਆ ਦਾ ਸੀਰਪ ਨਹੀਂ ਹੁੰਦਾ ਘੜਾ ਉਸ ਤਰ੍ਹਾਂ ਦਾ ਹੋ ਜਾਂਦਾ ਜਿਹੜਾ ਟਾਈਨੀ ਬਲੱਡ ਵੈਸ ਲੈ ਗਏ ਉਹਨਾਂ ਸਾਫ਼ ਨਹੀਂ ਕਰ ਸਕਦੇ ਅੱਛਾ ਜੀ ਜੋ ਸਾਫ ਨਹੀਂ ਕਰ ਜਾਂਦੇ ਜਾਂ ਹੋਣਦੇ ਦੋ ਗੱਜਰ ਤੁਹਾਡੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਹੂੰ ਹੂੰ ਦੂਸਰੀ ਕਿਹਣੀ ਡਿਜ਼ੀਜ਼ ਵੀ ਹੋ ਸਕਦੀ ਆ ਜਿਹਨਾਂ ਸਾਡੇ ਨੇਫਰੋਨ ਜਿਹੜੇ ਹੈਗੇ ਆ ਇਹ ਜਿਹੜੇ ਉਹਨਾਂ ਦੇ ਉਹ ਉਹ ਇਹ ਤੇ ਅਟੈਕ ਕਰਦੇ ਆ ਜੀ ਇਹਦੇ ਦੋਨੋਂ ਕਿਹਨੀਆਂ ਸੇਮ ਟਾਈਮ ਬੰਦ ਹੋ ਜਾਂਦੀਆਂ ਹੂੰ ਹੂੰ ਇਹ ਫਿਲਟਰ ਕਰਨ ਤੇ ਅਸਮਰਥ ਹੋ ਜਾਂਦੇ ਆ ਠੀਕ ਇਹ ਫਿਲਟਰ ਨਹੀਂ ਕਰ ਸਕਣਗੇ ਜੀ ਅੱਛਾ ਇਹ ਆਪਣੇ ਲੋਕਾਂ ਵਿੱਚ ਮੈਂ ਕਈ ਸੁਣਿਆ ਕਈ ਮੈਂ ਆਮ ਸੁਣਦਾ ਆ ਕਿ ਲੋਕੀ ਕਹਿੰਦੇ ਵੀ ਮੈਂ ਜਿਹੜੀ ਦਵਾਈ ਨਹੀਂ ਖਾਣੀ ਚਾਹੀਦੀ ਹੂੰ ਹੂੰ ਧਾਰੋਣ ਕਹਿੰਦੇ ਵੀ ਤੂੰ ਇਨਸੂਲਿਨ ਤੇ ਜਾਓ ਯੋਦਾ ਉਹਦਾ ਲਾਇਕ ਕੋਈ ਨਹੀਂ ਉਹੜੀਆਂ ਕੰਮ ਨਹੀਂ ਹੋ ਰਿਹਾ ਉਹ ਕਹਿੰਦੇ ਸੀ ਜਿਹੜੇ ਹੈ ਜਾਮਲਾ ਦੇ ਕੈਪਸੂਲ ਜਾਂ ਕਰੇਲੇ ਦੇ ਕੈਪਸੂਲ ਖਾਲ ਨੇ ਰਾਈਟ ਦੇਖੋ ਜਿਹਨੀਆਂ ਇਹ ਦਵਾਈਆਂ ਬਣੀਆਂ ਹੈ ਇੰਗਲਿਸ਼ ਦਵਾਈਆਂ ਇਹ ਸਾਰੀਆਂ ਟੈਸਟਡ ਹੈਗੀਆਂ ਜੀ ਸਾਈਡ ਇਫੈਕਟ ਹੈ ਕਿ ਚੈੱਕ ਕੀਤੇ ਹੋ ਗਏ ਆ ਉਹਨਾਂ ਮੈਡਿਕਲ ਡਾਕਟਰ ਪਤਾ ਕਿ ਸਾਈਡ ਵਾ ਕੀ ਹੋ ਸਕਦੇ ਆ ਕੀ ਨਹੀਂ ਹੋ ਸਕਦੇ ਦਵਾਈ ਕਿੰਨੇ ਦਿਨ ਲਾਸਟ ਕਰਨੀ ਆ ਕਿੰਨੇ ਘੰਟੇ ਦਾ ਅਸਰ ਰਹ ਸਕਦਾ ਬਾਡੀ ਤੇ ਜਿਹੜੇ ਉਹ ਤੁਸੀਂ ਦੇਸੀ ਕੈਪਸੂਲ ਹੈਗੇ ਆ ਉਹਨਾਂ ਦਾ ਇਹੋ ਜਿਹਾ ਕੋਈ ਇਤ ਨਹੀਂ ਉਹ ਕਹਿੰਦੇ ਉਹਨਾਂ ਕੋ ਹੈ ਨਹੀਂ राइट वे के अंदर लास्ट ਕਰਦੇ ਹੈ ਉਹਦਾ ਇਫੈਕਟ ਕੀ ਹੋਏਗਾ ਜੀ ਨੰਬਰ 1 ਨੰਬਰ 2 ਹੈ ਹਾਈ ਬਲੱਡ ਪ੍ਰੈਸ਼ਰ ਰਾਈਟ ਵੇ ਕੇ اندر ਉਹ ਕਹਿੰਦੇ ਵੀ ਬਲੱਡ ਫੋਰ ਗੋਲੀ ਨਹੀਂ ਖਾਣੀ ਬਲੱਡ ਲੱਗ ਜਾਂਦਾ ਹਮਮ ਜਿਆ ਜਿਹੜਾ ਡਾਕਟਰ ਕਹਿੰਦਾ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ ਤੇ ਗੋਲੀ ਲਾਓ ਰਾਈਟ ਉਹ ਗੋਲੀ ਲਾਂਦੇ ਹੈ ਜੇ ਹਫਤੇ ਬਾਅਦ ਕਹਿੰਦੇ ਮੇਰਾ ਪ੍ਰੈਸ਼ਰ ਠੀਕ ਹੈ ਉਹ ਗੋਲੀ ਛੱਡਦੇ ਹਮਮ ਸਭ ਤੋਂ ਵੱਡੀ ਮਿਸਟੇਕ ਹੈ ਰਾਈਟ ਕਿਉਂਕਿ ਜਦੋਂ ਬਲੱਡ ਪ੍ਰੈਸ਼ਰ ਨੋਰਮਲ ਜੁਆ ਹੈ 130 80 ਥੱਲੇ ਜਾਇਦਾ ਠੀਕ ਹੈ ਜਿਹੜਾ ਆਈਡੀਅਲ ਹੈ 120 ਦੇ ਵੀ ਅਸੀਂ ਥੱਲੇ ਜਾਇਦਾ ਜੇ 20 ਜਾਲੀ ਵੀ ਹੋ ਜਾਏ ਅਗਰ 80 ਹੋ ਜਾਏ ਥੱਲੇ ਵੀ ਆ ਜਾ ਤਾਂ ਠੀਕ ਹੈ ਜੋ 40 ਦੇ ਉੱਤੇ ਹੋ ਜਾਂਦਾ 140 ਦੇ ਉੱਤੇ ਤਾਂ ਯੂ ਹੈਵ ਟੂ ਸੀ ਦ ਡਾਕਟਰ ਰਾਈਟ ਅੱਛਾ ਇੱਕ ਗੱਲ ਮੈਂ ਹੋਰ ਦੱਸਾਂ ਜੀ ਜਿਹੜੇ ਹੈਗੇ ਅਸੀਂ ਲੋਕੀ ਆਮ ਕੈਨੇਡੀਅਨਸ ਸਾਡੇ 8 ਗਰਾਂਡ ਸ਼ਾਰਟ ਖੰਦ ਦੇਂਦਾ ਰਾਈਟ ਸਾਨੂੰ ਸੌਲਟ ਜਿਹੜਾ ਘਟਾਉਣਾ ਚਾਹੀਦਾ ਹੂੰ ਹੂੰ 6 ਗ੍ਰਾਮ ਤੋਂ ਬਾਅਦ ਸੌਲਟ ਅਲੱਗ ਢੁੰਨੀ ਖਾਣਾ ਚਾਹੀਦਾ ਸੋ ਇਹਦੇ ਵਾਸਤੇ ਵੀ ਜੀ ਕਿਉਂਕਿ ਹਰ ਇੱਕ ਜੋ ਚੀਜ਼ ਅਸੀਂ ਖਾਣੇ ਚੀਨੀ ਦੀ ਗੱਲ ਕੀਤੀ ਸੀ ਸੌਲਟ ਦੀ ਕੀਤੀ ਇਹਦੇ ਬਾਰੇ ਇੱਕ ਬ੍ਰੇਕ ਲੈਨੇ ਹੈ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਿ ਸੌਲਟ ਦਾ ਵੀ ਕਿੰਨਾ ਕੋ ਅਸਰ ਜਿਹੜਾ ਕਿਡਨੀਜ਼ ਤੇ ਪੈਂਦਾ ਹੈਗਾ ਤੇ ਇਹਦੇ ਕੀ ਨੁਕਸਾਨ ਹੁੰਦੇ ਨੇ ਇਸ ਬਾਰੇ ਗੱਲ ਕਰਨਾ ਹੈ ਇਸ ਬ੍ਰੇਕ ਤੋਂ ਬਾਅਦ ਸ਼ੂਰ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਹੈਲਥ ਸੈਗਮੈਂਟ ਵਿੱਚ ਸੋਦਰ ਮੋਹਨ ਸਿੰਘ ਸਾਨੂੰ ਦੱਸ ਰਹੇ ਨੇ ਵਰਲਡ ਕਿਡਨੀ ਡੇ ਦੇ ਸੰਬੰਧ ਵਿੱਚ ਇਸ ਦੀ ਕੀ ਮਹੱਤਤਾ ਹੈ ਔਰ ਹੋਰ ਜਾਣਕਾਰੀ ਲੈਣੇ ਕਿ ਖਾਸ ਤੌਰ ਤੇ ਜਿਹੜਾ ਅਸੀਂ ਲੂਣ ਖਾਂਦੇ ਆ ਜਿਆਦਾ ਉਸ ਦਾ ਕੀ ਇੰਪੈਕਟ ਪੈਂਦਾ ਸਾਡੀ ਕਿਡਨੀ ਦੇ ਉੱਤੇ ਤੇ ਕਿਸ ਤਰੀਕੇ ਨਾਲ ਸਾਨੂੰ ਵਿਚਾਰ ਰੱਖਣਾ ਚਾਹੀਦਾ ਹੈ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸardar kohn singh ਦਾ ਜੀ ਸੋ ਸੌਲਟ ਦੀ ਜਿਹੜੀ ਤੁਸੀਂ ਗੱਲ ਕੀਤੀ ਇੱਕ ਤਾਂ ਸੌਲਟ ਅਸੀਂ ਖਾਂਦੇ ਆ ਜਿਹੜਾ ਐਕਸਟਰਾ ਖਾਂਦੇ ਇੱਕ ਹਰ ਇੱਕ ਚੀਜ਼ ਦੇ ਵਿੱਚ ਵੀ ਆਪਣਾ ਸੌਲਟ ਹੈਗਾ ਰਾਈਟ ਇਹ ਸੇ ਕਰਦੋਂ ਸੌਲਟ 6 ਗ੍ਰਾਮ ਤੋਂ ਵੱਧ ਨਹੀਂ ਖਾਣਾ ਚਾਹੀਦਾ ਜਾਂ ਚਾਹ ਹਾਂ ਦੇਖੋ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਜਿਹੜਾ ਫਿਨਲੈਂਡ ਹੈ ਜੀ ਉਹਨਾਂ ਨੇ 1970 ਤੋਂ ਹੂੰ ਹੂੰ ਸਾਭਨੇ ਫੂਡ ਦੇ ਵਿੱਚ ਨੈਸ਼ਨਲ ਲੈਵਲ ਤੇ ਸੌਲਟ ਦੀ ਮਾਤਰਾ ਘਟਾਤੀ ਸੀ। ਅੱਛਾ। ਬਾਏ 40%। ਓਕੇ। ਉੱਥੇ ਡੈਥ ਰੇਟ ਦਸਟ੍ਰੋਕ ਹੂੰ ਰੇਟ ਯਾ ਹੈਗਾ ਉਹਦੇ ਨਾਲ ਡੈਥ ਜਿਹੜੀ ਹੁੰਦੀਆਂ 70% ਲੋਕੀ ਜਾਨ ਲੋਕਾਂ ਦੀ ਜਾਨ ਨਾ ਬਚ ਰਹੀਆਂ। ਓਕੇ। ਤੁਸੀਂ ਦੇਖੋ ਸੌਲਟ ਦਾ ਕਿੰਨਾ ਇਫੈਕਟ ਪੈਂਦਾ। ਹੂੰ ਹੂੰ ਹੂੰ। ਸੋ ਇਸ ਸੰਸਾਰ ਨੂੰ ਸੌਲਟ ਘਟੋਣਾ ਚਾਹੀਦਾ ਹੈ। ਜੀ। ਕਿਉਂਕਿ ਜੇ ਸੌਲਟ ਜ਼ਿਆਦਾ ਕਰਵਾਗੇ ਫਿਰ ਕੀ ਹੁੰਦਾ ਜੀ? ਸੌਲਟ ਜ਼ਿਆਦਾ ਲਏ ਨੇ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ। ਉਹਦੇ ਨਾਲੇ ਗਰਮ ਰੂਲੀ ਸੈ ਗਏ ਨਾ। ਜੀ। ਉਹ ਉਹਨਾਂ 'ਚ ਖੂਨ ਭਗ ਜਾਂਦਾ। ਰਾਈਟ। ਜ ਪੋਰ ਡੈਮੇਜ ਹੋ ਜਾਂਦੀ ਹੈ ਫਿਲਟਰ ਨਹੀਂ ਕਰਦਾ ਸੋ ਸੌਲਟ ਘਟਕ ਰਹੀਏ ਚੀਨੀ ਘਟਕ ਰਹੀਏ ਹੋਰ ਕਿਹੜੀ ਚੀਜ਼ਾਂ ਦਾ ਪਰਹੇਜ਼ ਕਰਨਾ ਡਰੱਗਾਂ ਪੰਟਕ ਜਿਹੜੇ ਅੱਜ ਹੈਗੀਆਂ ਉਹ ਕੇਨ ਵਗੈਰਾ ਜੋ ਵੀ ਹੈਗੇ ਡਰੱਗ ਜਿਹਨੀਆਂ ਵੀ ਹੁੰਦੇ ਆ ਤੇ ਕਿੰਨੀ ਇਫੈਕਟ ਕਰਦੀ ਕਿੰਨੀ ਕਹੇ ਸਾਰਾ ਕੰਮ ਫਿਲਟਰ ਕਰਨਾ ਹਰ ਇੱਕ ਸੀ ਜਿਹੜਾ ਅਸੀਂ ਦੂਜਾ ਖਾਣੇ ਆ ਦੂਸਰੇ ਜਿਹੜੀਆਂ ਸ਼ਰਾਬ ਜਿਆਦਾ ਪੀਣੇ ਇਹ ਵੀ ਇਫੈਕਟਾ ਤਾਂ ਕਿੰਨੀ ਜੀ ਜਾਂ ਤੋਂ ਹੋਰ ਓਵਰ ਦਾ ਕਾਊਂਟਰ ਕਹਿੰਦਾ ਦਵਾਈਆਂ ਲੈਂਦੇ ਆ ਉਹਨਾਂ ਜੇ ਕੋਈ ਡੀਸੀ ਦਵਾਈਆਂ ਜਿਹੜੀਆਂ ਹੈਗੀਆਂ ਉਹ ਡਾਕਟਰ ਕਹਿੰਦੇ ਉਹਨਾਂ ਦਾ ਕਈ ਵਾਰੀ ਸਾਈਡ ਇਫੈਕਟ ਹੈ ਹੁਣ ਨਹੀਂ ਪਤਾ ਹੁੰਦਾ ਉਹ ਬਾਈ ਮਿਸਟੇਖ ਵਾਲੇ ਜਿਹੜੇ ਦੇਤੀ ਆਮ ਲੋਕਾਂ ਨੂੰ ਪਤਾ ਨਹੀਂ ਦੇਗ ਉਹਨਾਂ ਨੂੰ ਬੰਦ ਨਹੀਂ ਮਾਰ ਦਿੰਦੇ ਹੂੰ ਹੂੰ ਉਹ ਤੇ ਕਿੰਨੀ ਫੇਰ ਹੋ ਜਾਂਦੇ ਉਹਦੇ ਨਾਲ ਹੂੰ ਹੂੰ ਅੱਛਾ ਇਸੇ ਤਰ੍ਹਾਂ ਜਿਹੜਾ ਹੈਗਾ ਕਿੰਨੀ ਤੇ ਬਾਕੀ ਜਿਹੜੇ ਹੈਗੇ ਆ ਹੋਰ ਜਿੰਨੀਆਂ ਦਵਾਈਆਂ ਪਖਾਨੇ ਆ ਓਵਰ ਦਾ ਕਾਊਂਟਰ ਕਈ ਦਵਾਈਆਂ ਤੋਂ ਪੁਛੇ ਖਾਣੀ ਚਾਹੀਦੀ ਐ ਜਿਹੜੀ ਕਾਊਂਟਰ ਕਾਊਂਟਰ ਵੀ ਲੈਣੇ ਆ ਤਾਂ ਕਿ ਦਵਾਈ ਇੰਟਰੈਕਟ ਕਰਦੀ ਆਪਸ ਵਿੱਚੀ ਪੋਇਜ਼ਨ ਵੀ ਮੈਨ ਹੋ ਸਕਦੀ ਐ ਜੀ ਤੇ ਜਾਂ ਫਿਰ ਜਿਹਨੂੰ ਕੋਈ ਲੜਾਈ ਚੜੇ ਜਿਹੜਾ ਸੱਟ ਲੱਗੇ ਕਿ ਨਹੀਂ ਤੇ ਉਹਨਾਂ ਵੀ ਕਿੰਨੀ ਡੈਮੇਜ ਹੋ ਜਾਂਦੇ ਅੱਛਾ ਮਾਹਨ ਸਰ ਜਿਸ ਨੇ ਦੱਸਿਆ ਜੀ ਕਿ ਤੁਹਾਨੂੰ ਪਤਾ ਲੱਗ ਜਾਂਦਾ ਜੇ ਸੋਜਿਸ਼ ਹੋ ਰਹੀ ਐ ਹੱਥਾਂ ਪੈਰਾਂ ਦੇ ਵਿੱਚ ਜਾਂ ਅੱਖਾਂ ਦੇ ਥੱਲੇ ਜਾਂ ਹੋਰ ਕੀ ਹੋਰ ਵੀ ਕੋਈ ਦੇ ਸਿੰਪਟਮਸ ਹੈਗੇ ਨੇ ਜਿਨ੍ਹਾਂ ਨਾਲ ਪਤਾ ਚੱਲਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਨੋਰਮਲ ਆਪ ਜਾਨੇ ਤੇ ਕੀ ਹੈ 2 ਘੰਟੇ 2 ਘੰਟੇ ਬਾਅਦ ਜਾਣੇ 2.5 ਘੰਟੇ ਬਾਅਦ ਜਾਣਨੇ ਆ ਜੇ ਤੁਹਾਨੂੰ بار بار ਪਿਸ਼ਾਬ ਜਾਣੇ ਆ ਪਿਸ਼ਾਬ ਥੋੜਾ ਥੋੜਾ ਆਉਂਦਾ ਆ ਜੀ ਬਲਡ ਸਾਈਨ ਓਕੇ ਤੇ ਬਲੱਡ ਟੈਸਟ ਕਰਾਓ ਉਹ ਪਰ ਇਹਨਾਂ ਤੋਂ ਜਿਹੜਾ ਜੀਐਫਆਰ ਕਿੰਨਾ ਆ ਗ੍ਰਾਮੁਲਰ ਫਿਲਟਰ ਰੇਟ ਜਿਹੜਾ ਹੈਗਾ ਉਹ ਕਿੰਨਾ ਆ ਉਹ 90 ਤੋਂ ਉੱਪਰ ਦੇਖਣਾ ਚਾਹੀਦਾ ਉਹ ਆਪਣੇ ਡਾਕਟਰ ਨੂੰ ਕਹੋ ਕਿ ਹਰ ਸਾਲ ਜੇ ਕੋਈ ਚੈੱਕ ਕਰਾ ਸਕਦੇ ਹੋ ਜੇ ਕਿਡਨੀ ਇੰਪੇਅਰਡ ਨਹੀਂ ਹੈਗੀ ਜੇ ਕਿਡਨੀ ਮਾਈਡ ਬੋਰ ਡੈਮੇਜ ਆ ਉਹਨੂੰ 6 ਮਹੀਨੇ ਬਾਅਦ ਚੈੱਕ ਕਰਾਉਣਾ ਚਾਹੀਦਾ ਔਰ ਨੇਫਰੋਲੋਜਿਸਟ ਨੂੰ ਮਿਲਣਾ ਚਾਹੀ ਦੂਸਰਾ ਜਿਹੜਾ ਹੈਗਾ ਕਿ ਜਿਹੜਾ ਰਾਤ ਨੂੰ ਪਸ਼ਾਬ ਬਹੁਤ ਵੱਜਣਾ ਜੀ ਇਹ ਦੈਸ ਅਦਰ ਸਿੰਪਟਮ ਹੂੰ ਹੂੰ ਉਹਦੇ ਨਾਲ ਹੋ ਸਕਦਾ ਫੀਲਿੰਗ ਟਾਇਰਡ ਆਲ ਦਾ ਟਾਈਮ ਰਾਈਟ ਜਾਂ ਤੁਹਾਡੀ ਸਕਿਨ ਦਾ ਕਲਰ ਬਦਲ ਜਾਣਾ ਹੂੰ ਹੂੰ ਜੇ ਸਾਡੀ ਸਿਹਤ ਇੱਚੀ ਹੋ ਰਣੀ ਇਹਦਾ ਮਤਲਬ ਕਿ ਪੋਟਾਸ਼ੀਅਮ ਘਟ ਰਿਹਾ ਤੋੜ ਕਿੰਦੀ ਫਿਲਟਰ ਨਹੀਂ ਕਰ ਰਹੀ ਜੀ ਜਾਂ ਪੋਟਾਸ਼ੀਅਮ ਪਾਜੋ ਤਾਂ ਹਾਰਟ ਟੈਗ ਵੀ ਹੋ ਸਕਦਾ ਹੂੰ ਹੂੰ ਸੋ ਇਹ ਜਿਹਦੇ ਧਿਆਨ ਦੇ ਰੱਖਣ ਜਦੋਂ ਉਹਦਾ ਐਪੀਟਾਈਟ ਉਹ ਘਟ ਗਿਆ ਇੱਥੇ ਸਵੇਲਿੰਗ ਹੋ ਗਈ ਜੀ ਤੇ ਸਕਿਨ ਦਾ ਡਾਰਕ ਹੋ ਜਾਣਾ ਰਾਈਟ ਇਹ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਐ ਇਹ ਕੰਨ ਕਰਨ ਵਾਲੀਆਂ ਐ ਇਹਨਾਂ ਤੇ ਧਿਆਨ ਰੱਖਣ ਦੀ ਲੋੜ ਐ ਕੁਝ ਵੀ ਇਸ ਤਰ੍ਹਾਂ ਦਾ ਹੋਏ ਤੇ ਇਮੀਡੀਏਟਲੀ ਡਾਕਟਰ ਨਾਲ ਜਾ ਕੇ ਤੁਸੀਂ ਸਲਾਹ ਕਰੋ ਤੇ ਟੈਸਟ ਜ਼ਰੂਰ ਟੈਸਟ ਜ਼ਰੂਰ ਕਰਾਓ ਓਕੇ ਅੱਛਾ ਇੱਕ ਜਿਸ ਤਰ੍ਹਾਂ ਤੁਸੀਂ ਸ਼ੁਰੂ ਚ ਹੀ ਗੱਲ ਕੀਤੀ ਸੀ ਕਿ ਆਪਣੇ ਪਾਈਚਾਰੇ ਵਿੱਚ ਸਾਊਥ ਏਸ਼ੀਅਨ ਪਾਈਚਾਰੇ ਹਿਸਪੈਨਿਕਸ ਹੋਰ ਕਮਿਊਨਿਟੀਜ਼ ਦੇ ਵਿੱਚ ਇਹ ਕਿਡਨੀਜ਼ ਦੀ ਪ੍ਰੋਬਲਮਸ ਦਿਨ-ਬਦਨ ਵਧੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਵਰਲਡ ਕਿਡਨੀ ਡੇ ਦਾ ਮਨਾਇਆ ਜਾ ਰਿਹਾ ਹੈ ਸੈਮੀਨਾਰਸ ਹੋਣਗੇ ਗੱਲਾਂ ਬਾਤਾਂ ਹੋਣਗੀਆਂ ਪਰ ਉਸ ਦੇ ਨਾਲ-ਨਾਲ ਕੀ ਕੁਝ ਐਸੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਮਿਸਾਲ ਦੇ ਤ ਕਿ ਸਾਊਥ ਏਸ਼ੀਅਨਸ ਵਾਸਤੇ ਹੀ ਇੱਕ ਵੱਖਰਾ ਚੈਪਟਰ ਬਣੇ ਜਿੱਥੇ ਕਿ ਪੰਜਾਬੀ ਹਿੰਦੀ ਦੇ ਵਿੱਚ ਗੱਲਬਾਤ ਹੋ ਸਕੇ ਕਿਉਂਕਿ ਕਈ ਵਾਰੀ ਇਹ ਵੀ ਹੋ ਜਾਂਦਾ ਜੀ ਕਿ ਇਹ ਸੰਸਥਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਬਹੁਤ ਕੁਝ ਕੋਸ਼ਿਸ਼ਾਂ ਕਰਦੀਆਂ ਨੇ ਪਰ ਕਈ ਵਾਰੀ ਜਿੱਥੇ ਪਹੁੰਚਣਾ ਚਾਹੀਦਾ ਉਹ ਨਹੀਂ ਪਹੁੰਚਦਾ ਸੋ ਕੀ ਕੁਝ ਐਸੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸਾਡੀ ਸਮਾਜ ਮੀਟਿੰਗ ਹੋਈ ਸੀ ਅੱਛਾ ਜੀ ਉਹਦੇ ਵਿੱਚ ਮੈਂ ਵੀ ਵਾਰ ਅਵਾਰਡ ਮਿਲਿਆ ਸੀ ਮੈਂ ਕਿ ਮੈਂ ਚਾਰ ਪੰਜ ਸੌ ਕੰਮ ਕਰ ਰਿਹਾ ਕਿ ਨੀ ਫਾਊਂਡੇਸ਼ਨ ਦਾ ਫ੍ਰੀ ਸੇਵਾ ਕਰਦਾ ਪਿਆ ਆਪ ਮੈਂ ਲੋਕਾਂ ਨੂੰ ਅਵੇਅਰਨੈਸ ਪੈਦਾ ਕਰਦਾ ਉਹ ਦਿਆਂ ਵੀ ਜਾਂਦਾ ਮੈਂ ਉਸੇ ਡਾਕਟਰ 11 ਹੈ ਗਿਆ ਜਿਹੜੇ ਕਿ ਨੇਫਰੋਲੋਜ ਹੈ ਉਹ ਟੀਚ ਕਰਦੇ ਐ ਯੂਨੀਵਰਸਿਟੀ ਤੇ ਹਸਪਤਾਲ ਕੰਮ ਵੀ ਕਰਦੇ ਨੇ ਜੀ ਉਹਨੇ ਮੈਨੂੰ ਕਿਹਾ ਵੀ ਸਾਊਥ ਏਸ਼ੀਅਨ ਜੇ ਪ੍ਰੋਬਲਮ ਬਾਤ ਤੁਹਾਨੂੰ ਇਹ ਕਦਮ ਕੋਈ ਇਨੀਸ਼ੀਏਟ ਲੈਣਾ ਚਾਹੀਦਾ ਓਕੇ ਉਸ ਤਰ੍ਹਾਂ ਮੈਂ ਦਵਾਈਸ਼ ਨੂੰ ਰਾਲ ਕੇ ਅਸੀਂ ਜਿਹੜਾ ਕਿਨੀ ਸਾਊਥ ਏਸ਼ੀਅਨ ਕਿਨੀ ਚੈਪਟਰ ਲਿਆਂਦਾ ਅੱਛਾ ਜੀ ਇਹ ਸਭ ਤੋਂ ਸ਼ੁਰੂ ਕਰ ਰਹੇ ਆ ਅਸੀਂ ਹੂੰ ਉਹਦੀ ਓਪਨਿੰਗ ਹੈਗੀ ਆ 14 6 April ਨੂੰ ਹੋਏਗੀ ਅੱਛਾ ਜੀ ਇਹ ਗ੍ਰੈਂਡ ਤਾਜ ਬੈਂਕੋਲ ਹਾਲ ਤੇ ਓਕੇ ਇਹ ਉਹਦਾ ਟਾਈਮ ਹੈਗਾ 1 ਤੋਂ ਜਿਹੜਾ ਹੈ 4 ਤੱਕ ਠੀਕ ਹੈ ਉਹ ਸਾਰਿਆਂ ਦੀ ਹੋਗਾ ਕੋਈ ਸਾਰਿਆਂ ਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਤੇ ਉੱਥੇ ਕੀ ਹੋਣਾ ਕੀ ਹੈ ਜੀ ਉਹਦਾ ਹੀ ਜਿਉਂਦਾ ਕਾਰਨ ਇਹ ਕਿ ਇੱਕ ਲੋਕ ਨੂੰ ਨਿਵੇਰਨਸ ਕਰਕੇ ਕਿਡਨੀ ਕਿਵੇਂ ਕਮ ਕਰਦੀ ਆ ਠੀਕ ਹੈ ਇਹਦੇ ਫੰਕਸ਼ਨ ਕੀ ਹੈਗੇ ਆ ਇਹ ਜਿਹੜੀ ਹੈਗੀ ਪ੍ਰੋਬਲਮ ਸਾਨੂੰ ਕਿਉਂ ਜ਼ਿਆਦਾ ਆ ਠੀਕ ਉਹ ਪੰਜਾਬੀ ਵਿੱਚ ਲਿਟਰੇਚਰ ਦੇਵਾਂਗੇ ਅਸੀਂ ਜਿਹੜੇ ਬੰਦੇ ਡਾਲਸ ਤੇ ਆ ਡਾਲਸ ਤੇ ਉਹਨਾਂ ਨੂੰ ਅਸੀਂ ਹੈਲਪ ਕਰਾਂਗੇ ਉਹਨਾਂ ਦੀ ਠੀਕ ਹੈ ਜੇ ਉਹਨਾਂ ਪਰਿਵਾਰ ਨੇ ਤਮੀਨ ਉਹਨਾਂ ਸਲਾਹ ਦੀ ਲੋੜ ਹੈਗੀ ਆ ਕਿਉਂ ਡਾਕਟਰਾਂ ਕੋ ਸਾਰਿਆਂ ਕੋ ਇਹ ਨਾ ਟਾਈਨ ਨਹੀਂ ਹੈਗਾ ਉਤੋਂ ਥੋੜੀ ਇਨਫੋਰਮੇਸ਼ਨ ਦੇ ਦੇ ਜੇ ਪੇਪਰ ਦੇ ਦੇਣਗੇ ਵੀ ਪੜ੍ਹ ਲਓ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਅਸੀਂ ਉਹਨਾਂ ਨੂੰ ਸਮਝਾਵਾਂਗੇ ਕਿੰਨੀ ਕਿਵੇਂ ਕੰਮ ਕਰਦੀ ਆ ਕਿਵੇਂ ਇਹਦਾ ਖਿਆਲ ਰੱਖਣਾ ਚਾਹੀਦਾ ਜਦੋਂ ਡਾਇਸਿਸ ਤੇ ਹੈਗਾ ਤਾਂ ਕੀ ਪ੍ਰੋਬਲਮ ਹੋ ਸਕਦੀਆਂ ਠੀਕ ਹੈ ਤੇ ਕਿਵੇਂ ਇਹ ਜਿਹੜਾ ਹੈਗਾ ਉਹਨੂੰ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਵਿੱਚ ਇਹ ਮੈਂ ਮੈਡੀਕਲ ਕੰਮ ਕਰਦਾ ਪਿਆ ਜੀ ਇਹ ਕਿ ਸਾਨੂੰ ਕਾਲ ਆਈ ਸੀਗੀ ਇੱਕ ਸੋਸ਼ਲ ਵਰਕਰ ਰਹਾ ਹੂੰ ਲੇਕੋ ਆਪਣੀ ਬੀਬੀ ਹੈਗੀ ਸੀ ਗੇਵ ਅਪ ਆਨ एवरीथिंग ਜੀ ਸ਼ੀ ਵਾਂਟ ਟੂ ਡਾਈ ਮੈਂ ਕਿਹਾ ਬਟ ਬਟ ਮੜੀ ਗੱਲਾ ਵੀ ਵੀ ਸ਼ੁਡ ਹੈਵ ਹਰੌਟ ਸੋ ਮੈਂ ਉਹਨਾਂ ਨੂੰ ਕਿਹਾ ਤੁਸੀਂ ਐਂ ਕਰੋ ਮੇਨਾਂ ਦੀ ਵੀ ਮੁਲਾਕਾਤ ਕਰਾਓ ਜੀ ਫਿਰ ਵਾਈਸ ਤੇ ਮੈਂ ਉਹਨਾਂ ਨੂੰ ਕਿਹਾ ਉਹ ਆਪਣੇ ਜਿਹੜਾ ਬੇਟੇ ਨਾਲ ਲਿਆ ਵੀ ਜਾਂ ਆਪਣੇ ਹਸਬੰਦ ਨਾਲ ਲਿਆ ਵੀ ਉਹ ਕਹਿੰਦੇ ਹਸਬੰਦ ਦੀ ਡੈਥ ਹੋ ਗਈ ਆ ਬਿਕੋਜ਼ ਹਰਮਨ ਡੈਥ ਹੋਣਾ ਉਹ ਡਿਪਰੈਸ਼ਨ ਚਲ ਗਈ ਸੀ ਰਾਈਟ ਸ਼ੀ ਡੋਨਟ ਵਾਂਟ ਟੂ ਲਿਵ ਫਿਰ ਉਹਨੇ ਸਮਝਾਇਆ ਉਹਨੂੰ ਕਿਹਾ ਉਹ ਉਹ ਗੱਲ ਨਹੀਂ ਸੀ ਕਰਦੇ ਅਸੀਂ ਉਹਨਾਂ ਨਾਲ ਗੱਲ ਕਰਨੀ ਵੀ ਤੁਸੀਂ ਕੋਸ਼ਿਸ਼ ਕਰੋ ਗੱਲ ਕਰੋ ਸਨ ਤੁਸੀਂ ਜਦ ਤੂੰ ਦੱਸੋਗੇ ਨਹੀਂ ਤਾਂ ਹੈਲਪ ਨਹੀਂ ਕਰ ਸਕਦੇ ਰਾਈਟ ਅਸੀਂ ਉਹਨਾਂ ਨਾਲ ਸ਼ੋਰਟ ਵੋਨਾ ਚਲੋ ਕਰਾਇਆ ਉਹਨਾਂ ਦਾ। ਓਕੇ। ਤੇ ਦੋਨੋਂ ਪ੍ਰੋਬਲਮ ਕੀ ਆ ਕਹਿੰਦੇ ਮਿਸ ਕਰਦੇ ਆ ਫਲਾਣਾ ਕਰਦੇ ਆ ਤੇ ਮੇਰਾ ਜਿਹੜਾ ਹੈਗਾ ਡਾਲਸ ਵੀ ਕਈ ਵੀ ਕੰਮ ਨਹੀਂ ਕਰਦਾ। ਹੂੰ ਹੂੰ। ਫਿਰ ਹੁਣ ਇਸ ਪੰਜਾਬੀ ਦਾ ਫੂਡ ਤੇ ਹੁਣ ਕਿਉਂ ਕੋਈ ਇੰਗਲਿਸ਼ ਨਹੀਂ ਉਹਨਾਂ ਨੂੰ ਆਉਂਦੀ। ਹੁਣ ਦੱਸੋ ਫੂਡ ਕਿੱਦਾਂ ਦੀ ਹੁਣ ਕਹੀਦੀ ਆ। ਪਹਿਲੇ ਫੂਡ ਕਿਹੜੀ ਤੁਸੀਂ ਲਾਓ। ਹੂੰ ਹੂੰ। ਉਸ ਫੂਡ ਦੇ ਨਾਲ ਥੋੜਾ ਜਿਹੜਾ ਹੈਗਾ ਡਾਲਸ ਤੋਂ ਘਟ ਕਰਨਾ ਪਵੇਗਾ। ਤੁਹਾਡਾ ਸੌਖਾ ਹੋ ਜਾਏਗਾ। ਠੀਕ। ਕਿਉਂਕਿ ਜਿਹੜੀ ਫੂਡ ਹੈਵੀ ਫੂਡ ਦੇ ਜਗ੍ਹਾ ਨੇ ਜਦੋਂ ਤੇ ਕਿੰਨੀ ਡੈਂਪੀਰ ਹੋ ਗਈ। ਤੁਹਾਨੂੰ ਹਾਈ ਪ੍ਰੋਟੀਨ ਡਾਈਟ ਦੀ ਲੋੜ ਨਹੀਂ ਹੈ ਦਾਲ ਜੇ ਕੀ ਹੈਗਾ ਤੁਹਾਡਾ ਬਲੱਡ ਸਾਫ ਕਰਦੇ ਮਸ਼ੀਨਾਂ ਰਾਹੀਂ ਰਾਈਟ ਉਹ 100% ਨਹੀਂ ਹੁੰਦਾ ਜੋ ਕੀੜੇ ਮਤਲਬ ਉਹ ਨਹੀਂ ਹੋ ਸਕਦਾ ਬਿਲਕੁਲ ਜੀ ਜੋ origignal ਚੀਜ਼ ਉਹ ਜੋ ਜੀ ਉਹ ਨਹੀਂ ਹੋ ਸਕਦਾ ਰਾਈਟ ਉਹ ਜਿਹੜਾ ਹੈ ਸਿਰਫ 70% ਉੱਤੇ ਹੋਵੇ ਤਾਂ ਉਹ ਕਹਿੰਦੇ ਗੋੜਿਆ ਹੈ ਯੂ ਕੈਨ ਲੀਵ ਸੋ ਬੇਸਿਕ ਹਫਤੇ ਤਿੰਨ ਵਾਰ ਯੂਰੂ ਕਰਾਉਣਾ ਪੈਂਦਾ ਹੈ ਰਾਈਟ ਸੋ ਬੇਸਿਕਲੀ ਇਹ ਜਿਹੜਾ ਚੈਪਟਰ ਹੋਏਗਾ ਇਹ ਆਪਣੇ ਭਾਈਚਾਰੇ ਦੇ ਵਿੱਚ ਹੋਰ ਚੇਤਨਾ ਉਹਨਾਂ ਦੀ ਹੀ ਲੈਂਗੁਏਜ ਦੇ ਵਿੱਚ ਆਪਸੀ ਕੋਈ ਫੋਰਮਸ ਹੋਇਆ ਕਰਨਗੇ ਕੋਈ ਇਨਫੋਰਮੇਸ਼ਨ ਸੈਸ਼ਨਸ ਹੋਇਆ ਕਰਨਗੇ ਸੋ ਆਸ ਕਰਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਜੀ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ ਤੇ ਇਹ ਫੰਕਸ਼ਨ ਜੋ ਤੁਸੀਂ ਇੱਕ ਇਨਾਗੂਰਲ ਫੰਕਸ਼ਨ ਕਰੋਗੇ ਉਸ ਤੋਂ ਸਾਰਾ ਭਾਈਚਾਰਾ ਵੱਧ ਚੜ ਕੇ ਆਏਗਾ ਸ਼ੁਭ ਕਾਮਨਾਵਾਂ ਐਂਡ ਬੈਸਟ ਵਿਸ਼ੇਸ ਵਰਲਡ ਕਿਡਨੀ ਦੇ ਦੇ ਉੱਤੇ ਤੇ ਨਾਲ ਹੀ ਜਿਹੜਾ ਤੁਸੀਂ ਸਾਊਥ ਏਸ਼ੀਆਨ ਚੈਪਟਰ ਖੋਲਰ ਧੰਨਵਾਦ ਤੁਹਾਡਾ ਧਿਆਨ ਲਈ ਮਾਈ